ਦੇਖੋ ਜੇ ਨਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਕਾਲੇ ਹੈ ਜਿਹੜੀ ਇਹ ਘਟਨਾ ਹੋਈ ਹੈ ਕਿਸੇ ਨੇ ਪਸੰਦ ਨਹੀਂ ਨੂੰ ਕੀਤਾ ਦੇਖੋ ਮਾਨਯੋਗ ਮੁੱਖ ਮੰਤਰੀ ਜੀ ਨੇ ਆਪ ਇਸ ਗਲਤੀ ਨਿੰਦਾ ਵੀ ਕੀਤੀ ਔਰ ਜਿਹਨਾਂ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਲਈ ਵੀ ਕਿਹਾ ਔਰ ਹੋਈ ਵੀ ਆ ਔਰ ਭਾਜਪਾ ਨੂੰ ਵੀ ਹੁਣ ਚਾਹੀਦਾ ਹੈ ਕਿ ਇਹਦਾ ਬਾਤ ਆ ਪਤੰਗੜ ਬਣਾ ਕੇ ਇਸ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਨਾ ਮਾਰੀ ਜਾਵੇ ਜਗਾ ਜਗਾ ਬੁਝਾਰ ਬੰਦ ਕਰਾ ਕੇ ਇਹ ਕਰਾ ਕੇ ਇਹਨੂੰ ਸਿਆਸੀ ਡਰਾਮਾ ਨਾ ਦਿੱਤਾ ਜਾਵੇ ਸਿਆਸੀ ਇਹਨੂੰ ਲਾਹ ਨਾ ਲਿਆ ਜਾਵੇ ਮੇਰੀ ਇਹੀ ਬੇਨਤੀ ਹੈ ਜਿਹੜੀ ਗੱਲ ਆ ਮੋਦੀ ਸਾਹਿਬ ਨੂੰ ਚਾਹੀਦਾ ਹੈ ਬਿਨਾਂ ਦੇਰ ਕੀਤਿਆਂ ਇਹ ਜਿਹੜੀ ਪਵਾੜੇ ਦੀ ਜੜ ਹੈ ਇਹ ਇਹ ਕਾਲੇ ਕਾਨੂੰਨ ਵਾਪਸ ਲਏ ਬੀਜਪੀ ਦੇ ਅਬੋਰ ਤੋਂ ਵਿਧਾਇਕ ਅਰਉਨ ਨਾਰੰਗ ਦਾ ਮਲੋਟ ਦੇ ਵਿੱਚ ਕੁੱਟਮਾਰ ਹੋਈ ਉਸ ਤੋਂ ਬਾਅਦ ਲਗਾਤਾਰ ਸਿਆਸਤ ਕਰ ਮੈਂ ਬੀਜਪੀ ਵੱਲੋਂ ਮਲੋਟ ਬੰਦ ਦਾ ਸੱਦਾ ਦਿੱਤਾ ਗਿਆ ਉਸ ਤੋਂ ਬਾਅਦ ਅੱਜ ਅਬੋਰ ਬੰਦ ਦੀ ਗੱਲ ਹੋ ਰਹੀ ਹੈ ਹਾਲਾਂਕਿ ਮਲੋਟ ਦੇ ਵਿੱਚ ਬੰਦ ਦੇ ਸੱਦੇ ਦਾ ਇੰਨਾ ਸਮਰਥਨ ਨਹੀਂ ਹੋਇਆ ਦੁਕਾਨਾਂ ਅਤੇ ਬਾਜ਼ਾਰ ਲਗਾਤਾਰ ਖੁੱਲੇ ਹੋਏ ਦੇਖਤੇ ਰਹੇ ਹਾਲਾਂਕਿ ਹੋਲੀ ਦਾ ਦਿਨ ਸੀ ਉਸ ਤੋਂ ਬਾਅਦ ਅੱਜ ਅਬੋਰ ਦੇ ਵਿੱਚ ਇੱਕ ਪ੍ਰਦਰਸ਼ਨ ਕਰਨ ਦੀ ਗੱਲਬਾਤ ਬੀਜਪੀ ਵੱਲੋਂ ਕੀਤੀ ਜਾ ਰਹੀ ਹੈ ਇਹ ਕਿੰਨੀ ਕੁ ਸਫਲ ਹੋਏਗੀ ਤੇ ਰਾਜਨੀਤੀ ਜਾ ਕਿੱਧਰ ਨੂੰ ਜਾ ਰਹੀ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਨੇ ਧਰਮਸੋਧ ਜੀ ਜਿਸ ਤਰੀਕੇ ਨਾਲ ਰਾਜਨੀਤੀ ਹੋ ਰਹੀ ਆ ਬਹੁਤ ਸਾਰੇ ਇਲਜ਼ਾਮ ਤੁਹਾਡੀ ਪਾਰਟੀ ਤੇ ਵੀ ਲੱਗ ਰਿਹਾ ਲਗਾਤਾਰ ਕਹਿੰਦੇ ਨੇ ਕਾਂਗਰਸ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਆ ਬੀਜੇਪੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹਾਲਾਂਕਿ ਇਸ ਸੰਬੰਧ ਭਾਗੀ ਘਟਨਾ ਦੀ ਹਰ ਇੱਕ ਨੇ ਨਿੰਦਾ ਵੀ ਕੀਤੀ ਆ ਦੇਖਦੇ ਕਿਵੇਂ ਕੱਲ ਅਮਲੋਟਪੰਦ ਅੱਜ ਹੋਰ ਦੇਖੋ ਗੱਲ ਇਹ ਆ ਜਿਹੜੀ ਇਹ ਘਟਨਾ ਹੋਈ ਹੈ ਕਿਸੇ ਨੇ ਪਸੰਦ ਨਹੀਂ ਨੂੰ ਕੀਤਾ ਦੇਖੋ ਮਾਨਯੋਗ ਮੁੱਖ ਮੰਤਰੀ ਜੀ ਨੇ ਆਪ ਇਸ ਗਲਤੀ ਨਿੰਦਾ ਵੀ ਕੀਤੀ ਔਰ ਜਿਨ੍ਹਾਂ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਲਈ ਵੀ ਕਿਹਾ ਔਰ ਹੋਈ ਵੀ ਆ ਔਰ ਸਾਰੀਆਂ ਹੀ ਪਾਰਟੀਆਂ ਨੇ ਸਭ ਨੇ ਹੀ ਇਹਦੀ ਨਿੰਦਾ ਕੀਤੀ ਹੈ ਔਰ ਭਾਜਪਾ ਨੂੰ ਵੀ ਹੁਣ ਚਾਹੀਦਾ ਹੈ ਕਿ ਇਹਦਾ ਬਾਦ ਦਬਤੰਗੜ ਬਣਾ ਕੇ ਇਸ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਨਾ ਮਾਰੀ ਜਾਵੇ ਮੇਰੀ ਬੇਨਤੀ ਇਹ ਹੈ ਕਿਉਂਕਿ ਪੰਜਾਬ ਨੇ ਪਹਿਲਾਂ ਹੀ 90 ਵਾਲਾ ਦਹਾਕਾ ਜਿਹੜਾ 80 ਤੋਂ 90 ਤੱਕ ਦੇਖਿਆ ਦਹਾਕਾ ਉਹਦੇ ਵਿੱਚ 12 ਸਾਲ ਚ ਬੜੀਆਂ ਲੋਕ ਬੇਗੁਨਾਹ ਇੱਥੇ ਮਾਰੇ ਗਏ ਨੇ 25-26 ਹਜ਼ਾਰ ਤੋਂ ਵੱਧ ਲੋਕ ਪੰਜਾਬ ਦਾ ਮਾਰੇ ਗਏ। ਔਰ ਉਦੋਂ ਮਾਹੌਲ ਖਰਾਬ ਹੋਇਆ। ਅੱਜ ਉਸ ਮਾਹੌਲ ਨੂੰ ਦੁਬਾਰਾ ਇਸ ਨੂੰ ਗੱਲ ਨੂੰ ਨੂੰ ਸਿਆਸੀ ਰੰਗ ਲਿਆ ਕੇ ਇਸ ਨੂੰ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ। ਸੋ ਮੇਰੀ ਬੇਨਤੀ ਹੈ ਭਾਜਪਾ ਵਾਲਿਆਂ ਨੂੰ ਉਹਨਾਂ ਦੇ ਨਾਲ ਉਸ ਇਸ਼ੂ ਤੇ ਲੋਕ ਸਾਰੇ ਨਾਲ ਸੀਗੇ। ਔਰ ਇਸ ਨੂੰ ਬਾਦ ਦਾ ਪਤੰਗੜ ਬਣਾ ਕੇ ਜਗਾ ਜਗਾ ਬਾਜ਼ਾਰ ਬੰਦ ਕਰਾ ਕੇ ਇਹ ਕਰਾ ਕੇ ਇਹਨੂੰ ਸਿਆਸੀ ਡਰਾਮਾ ਨਾ ਦਿੱਤਾ ਜਾਵੇ ਸਿਆਸੀ ਇਹਨੂੰ ਲਾਹ ਨਾ ਲਿਆ ਜਾਵੇ ਮੇਰੀ ਇਹੀ ਬੇਨਤੀ ਹੈ ਔਰ ਕੋਈ ਵੀ ਪਾਰਟੀ ਹੋਵੇ ਕੋਈ ਵੀ ਧਿਰ ਹੋਵੇ ਅਗਰ ਪੰਜਾਬ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਜਾਏਗੀ ਤਾਂ ਇਹਨੂੰ ਬਰਦਾਸ਼ਤ ਸਰਕਾਰ ਬਿਲਕੁਲ ਨਹੀਂ ਕਰੇਗੀ ਮਤਲਬ ਸਭ ਸਵਾਲ ਤਾਂ ਇਹ ਵੀ ਹਟਦਾ ਨਾ ਕਿ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣੇ ਨਿੰਦਾ ਤਾਂ ਹੋ ਰਹੀ ਆ ਚਾਰੇ ਪਾਸੇ ਜਿਵੇਂ ਇਸ ਤੋਂ ਪਹਿਲਾਂ ਜੋ ਨਗਰ ਨਿਕਮ ਦੀਆਂ ਲੋਕਲ ਬਾਡੀ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਵੀ ਕੌਂਸਲਰਾਂ ਦਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋਇਆ ਉਸ ਤੋਂ ਬਾਅਦ ਹੁਣ ਵੀ ਲਗਾਤਾਰ ਬੀਜੇਪੀ ਦਾ ਵਿਰੋਧ ਹੋ ਰਿਹਾ ਹਾਲਾਤਾਂ ਲਈ ਜ਼ਿੰਮੇਦਾਰ ਕਿ ਨੂੰ ਮੰਨਦੇ ਆ ਤੁਹਾਨੂੰ ਲੱਗਦਾ ਸ਼ਾਇਦ ਸ਼ਾਇਦ ਮੈਨੂੰ ਲੱਗਦਾ ਤੁਸੀਂ ਅਨਜਾਨ ਹੋ ਜਿੰਨੀਆਂ ਸ਼ਾਂਤਮਈ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਤੁਸੀਂ ਰਿਕਾਰਡ ਕਢਾ ਕੇ ਦੇਖੋ ਇਹ ਸਵੇਰੀ ਮਿਊਸਪਲ ਚੋਣਾਂ ਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਹੋਈਆਂ ਨੇ ਕਦੇ ਸ਼ਾਂਤਮਈ ਤਰੀਕੇ ਨਾਲ ਇੰਨੇ ਉਹ ਇਮਾਨਦਾਰੀ ਦੇ ਨਾਲ ਇੰਨੀਆਂ ਫੇਅਰ ਇਲੈਕਸ਼ਨ ਕਦੇ ਨਹੀਂ ਹੋਇਆ ਨਹੀਂ ਹੁਣ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਹੁਣ ਜੇ ਕੁੱਟਮਾਰ ਹੋਈ ਹੈ ਲੱਗਦਾ ਕਿ ਜ਼ਿੰਮੇਵਾਰ ਕੌਣ ਹੈਗਾ ਕਿਵੇਂ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਵੀ ਸਰਕਾਰ ਨਹੀਂ ਕਾਨੂੰਨ ਵਾਪਸ ਲੈ ਰਹੀ ਰਿਪੀਲ ਨਹੀਂ ਕਰ ਰਹੀ ਬਾਰਡਰਾਂ ਤੇ ਕਿਸਾਨ ਬੈਠੇ ਨੇ ਗੱਲ ਹੀ ਨਹੀਂ ਸੁਣਦੇ ਉਹਨਾਂ ਪੰਜਾਬ ਸਰਕਾਰ ਦੀ ਜੋ ਡਿਊਟੀ ਬਣਦੀ ਆ 100 ਅਥ ਰੱਸਾ ਸਿਰ ਤੇ ਗੰਢ ਜਿਹੜਾ ਸ਼ਰਾਰਤੀ ਅਨਸਰ ਗਲਤ ਕੰਮ ਕਰੇਗਾ ਉਹਨੂੰ ਅਸੀਂ ਠੋਕਾਂਗੇ ਕੋਈ ਵੀ ਸ਼ਰਾਰਤੀ ਹੋਵੇ ਕਿਸੇ ਦੇ ਦੇ ਕੋਈ ਵਧੀਆ ਬਾਣੇ 'ਚ ਕਿਸੇ ਦੇ ਬਾਣੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਚੰਗੇ ਬਾਣੇ 'ਚ ਆ ਕੇ ਕੋਈ ਮਾੜੀ ਹਰਕਤ ਕਰੇਗਾ ਉਹਨੂੰ ਸਰਕਾਰ ਬਿਲਕੁਲ ਨਹੀਂ ਛੱਡੇਗੀ ਸਰਕਾਰ ਨੇ ਅਮਨ ਔਰ ਸ਼ਾਂਤੀ ਅਮਨ ਕਾਨੂੰਨ ਨੂੰ ਬਹਾਰ ਰੱਖਣਾ ਗਵਰਨਮੈਂਟ ਜਿਹੜੀ ਮਿੰਟ-ਮਿੰਟ ਤੇ ਗੌਰ ਕਰੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਅੱਖ ਰੱਖ ਰਹੀ ਆ ਪੂਰਾ ਧਿਆਨ ਹੈ ਅਸੀਂ ਜਿਹੜਾ ਕੋਈ ਗਲਤ ਕਰਨ ਦੀ ਕੋਸ਼ਿਸ਼ ਕਰਿਆ ਅਸੀਂ ਬਖਸ਼ਾਂਗੇ ਨਹੀਂ ਦੂਸਰੀ ਗੱਲ ਜਿਹੜੀ ਗੱਲ ਆ ਮੋਦੀ ਸਾਹਿਬ ਨੂੰ ਚਾਹੀਦਾ ਹੈ ਬਿਨਾਂ ਦੇਰ ਕੀਤਿਆਂ ਇਹ ਜਿਹੜੀ ਪਵਾੜੇ ਦੀ ਜੜ ਹੈ ਇਹ ਇਹ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ ਮંત્રી ਸਾਹਿਬ ਕਿਸਾਨ ਜਥੇਬੰਦੀਆਂ ਨੇ ਵੀ ਕਿਨਾਰਾ ਕੀਤਾ ਉਹ ਕਹਿੰਦੇ ਮੰਦਪਾਗੀ ਘਟਨਾ ਸੀ ਲੇਕਿਨ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਇਹਦੇ ਲਈ ਜ਼ਿੰਮੇਦਾਰ ਜਿਹੜੇ ਕਾਰਨ ਹੈ ਉਹਨਾਂ ਲਈ ਵੀ ਸਾਨੂੰ ਪਤਾ ਕਰਨਾ ਚਾਹੀਦਾ ਕਿਉਂਕਿ ਲਗਾਤਾਰ ਕਿਸਾਨਾਂ ਨੂੰ ਚੜਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ 2 ਮਹੀਨੇ ਤੋਂ ਜ਼ਿਆਦਾ ਹੋ ਗਏ ਮੀਟਿੰਗ ਨਹੀਂ ਹੋਈ ਕਿ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਕੇਂਦਰ ਸਰਕਾਰ ਮੀਟਿੰਗਾਂ ਹੋ ਨਹੀਂ ਰਹੀਆਂ ਉਤੋਂ ਬਿਆਨ ਜਿਹੜੇ ਦਿੱਤੇ ਜਾ ਰਹੇ ਆ ਚਾ ਖਾਲਿਸਤਾਨੀ ਹੋ ਜੇ ਜਾਂ ਫਿਰ ਅਰੇਸ ਤਰੀਕੇ ਦੇ ਹੋਰ ਬਿਆਨ ਦਿੱਤੇ ਜਾ ਰਹੇ ਚੜਾਉਣ ਵਾਲੇ ਬਿਆਨ ਦਿੰਦੇ ਉਹ ਅਲੱਗ ਤੌਰ ਤੇ ਜ਼ਿੰਮੇਦਾਰ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕੋਈ ਸਮਝਦਾਰ ਬੰਦੇ ਮੈਨੂੰ ਲੱਗਦੇ ਹੋ ਗੱਲ ਇਹ ਹੈ ਮੋਦੀ ਸਾਹਿਬ ਨੂੰ ਚਾਹੀਦਾ ਜਿਹੜੀ ਜਿਹੜੀ ਚੜਾਉਣ ਵਾਲੀ ਗੱਲ ਹੋਰ ਇਹ ਸਾਰੀਆਂ ਗੱਲਾਂ ਖਤਮ ਹੋ ਸਕਦੀਆਂ ਨੇ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਨਹੀਂ ਹੈ ਕਿਸਾਨ ਨਹੀਂ ਚਾਹੁੰਦਾ ਉਹ ਕਾਲੇ ਕਾਨੂੰਨ ਉਹ ਮੋਦੀ ਸਾਹਿਬ ਕਹਿੰਦੇ ਨੇ ਬਹੁਤ ਅੱਛੇ ਹੈ ਇਸੇ ਦੁੱਗਣੀ ਹੋਏਗੀ ਆ ਆਮਦਨ ਔਰ ਕਿਸਾਨ ਦੇਸ਼ ਦਾ ਕਹਿੰਦਾ ਸਾਨੂੰ ਦੁੱਗਣੀ ਦੀ ਜਰੂਰਤ ਨਹੀਂ ਇਹ ਕਾਨੂੰਨ ਵਾਪਸ ਲੈ ਜਾਣਾ ਇਹਨਾਂ ਕਾਨੂੰਨਾਂ ਨੂੰ ਆਪਣੇ ਕੋਲ ਜਿਹੜੇ ਜਾਦੇ ਵਧੀਆ ਨੇ ਆਪਣੇ ਟਰੰਕ ਚ ਸੰਭ ਕੇ ਰੱਖ ਲੈਣਾ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਬਨ ਕੇ ਖੀਰ ਖਵਾਉਣ ਵਾਲਾ ਕੰਮ ਕੀਤਾ ਜਾ ਰਿਹਾ ਜਦੋਂ ਸੇ ਬਿਲਕੁਲ ਬਿਲਕੁਲ ਮੈਂ ਇਹ ਚਾਹੁੰਦਾ ਕਿ ਇਹ ਜਾਦੇ ਜਿਹੜੇ ਵਧੀਆ ਨੇ ਸਾਡੇ ਵਾਸਤੇ ਕਾਲੇ ਕਾਨੂੰਨ ਨੇ ਕਿਸਾਨਾਂ ਵਾਸਤੇ ਉਹਨਾਂ ਵਾਸਤੇ ਵਧੀਆ ਨਹੀਂ ਉਹ ਆਪਣੀ ਜਿਹੜੀ ਨਿੱਜੀ ਤਜੌਰੀ ਉਹ ਚ ਸੰਭ ਕੇ ਰੱਖ ਲੈਣਾ ਹੁਣ ਨੀਤੀਯੋਗ ਦੇ ਇੱਕ ਮੈਂਬਰ ਨੇ ਇਸ ਤਰੀਕੇ ਦਾ ਬਿਆਨ ਦਿੱਤਾ ਉਹ ਕਹਿੰਦੇ ਕਿ ਜਿਹੜੇ ਇਹ ਕਾਨੂੰਨ ਅਗਰ ਨਾ ਇੰਪਲੀਮੈਂਟ ਹੋਏ ਤਾਂ ਜਿਹੜੇ ਕਿਸਾਨਾਂ ਦੀ ਆਮਦਨ ਹੈ ਦੁੱਗਣੀ ਨਹੀਂ ਹੋਏਗੀ ਬਿਆਨ ਉਹ ਜੋ ਮੋਦੀ ਸਾਹਿਬ ਕਹਿੰਦੇ ਨੇ ਉਹੀ ਬੋਲੀ ਬੋਲ ਰਿਹਾ ਉਹ ਕੋਈ ਵੱਖਰੀ ਬੋਲੀ ਨਹੀਂ ਬੋਲ ਰਿਹਾ ਔਰ ਐਸੇ ਜਿਹੜੇ ਆਗੂ ਨੇ ਜਿਹੜੇ ਆਪਣੇ ਲੀਡਰ ਨੂੰ ਦੱਸਦੇ ਨਹੀਂ ਕਿ ਲੋਕਾਂ ਨੂੰ ਭਾਈ ਇਹ ਕਾਨੂੰਨ ਨਹੀਂ ਚਾਹੀਦੇ ਤੇ ਉਹਨਾਂ ਦੀ ਬੋਲੀ ਦੱਸ ਕੇ ਉਹਨਾਂ ਦੀ ਵਾਵਾ ਖੱਟਣਾ ਚਾਹੁੰਦੇ ਨੇ ਇਹ ਦੇਸ਼ ਦਾ ਨੁਕਸਾਨ ਹੈ ਆਪਣੇ ਲੀਡਰ ਨੂੰ ਸਭ ਨੂੰ ਕਹਿਣ ਵੀ ਜਦੋਂ ਸਾਨੂੰ ਚਾਹੀਦੇ ਨਹੀਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਫਾਇਦਾ ਚਕਾਉਣਾ ਚਾਹੁੰਦੇ ਹੋ ਉਹ ਫਾਇਦਾ ਲੈਣਾ ਨਹੀਂ ਚਾਹੁੰਦੇ ਇਹਨਾਂ ਨੂੰ ਵਾਪਸ ਲੈ ਲਓ ਨਾ ਕਿ ਉਹ ਕਹੇ ਕਿ ਇਹਦੇ ਤੇ ਬਗੈਰ ਆਮਦਨ ਨਹੀਂ ਹੋ ਸਕਦੀ ਸਾਨੂੰ ਆਮਦਨ ਨਹੀਂ ਚਾਹੀਦੀ ਭਾਈ ਤੂੰ ਆਮਦਨ ਆਪਣੀ ਆਪਣੇ ਕੋਲ ਰੱਖ ਲੈ ਚਾਹੀਦੇ ਇਹ ਸ਼ਰਾਧਤਪੂਰਨ ਇਹ ਜਿਹੜੇ ਲੋਕ ਨੇ ਇਹ ਇਹ ਦੇਸ਼ ਨੂੰ ਬਲਦੀ ਤੇ ਅੱਗ ਪਾਉਣ ਵਾਲੇ ਬੰਦੇ ਨੇ ਫਿਰ ਮੁੜ ਕੇ ਲੁਕ ਜਾਂਦੇ ਨੇ ਲੱਭਦੇ ਵੀ ਨਹੀਂ ਹੁਣ ਮੋਦੀ ਸਾਹਿਬ ਨੂੰ ਆਪ ਚਾਹੀਦਾ ਹੈ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣ ਆਖਰੀ ਸਵਾਲ ਹੈ ਮੇਰਾ ਲੱਗਦਾ ਕਿ ਕੇਂਦਰ ਸਰਕਾਰ ਨੂੰ ਹੁਣ ਮੀਟਿੰਗ ਕਰ ਲੈਣੀ ਚਾਹੀਦੀ ਆ ਸਵਾ ਦੋ ਮਹੀਨੇ ਹੋ ਗਏ ਕਿਸਾਨਾਂ ਨਾਲ ਇੱਕ ਟੇਬਲ ਤੇ ਬੈਠ ਕੇ ਰਾਉਂਡ ਟੇਬਲ ਤੇ ਬੈਠ ਕੇ ਗੱਲ ਵੀ ਮੈਂ ਚਾਹੁੰਦਾ ਕਿ ਮੋਦੀ ਸਾਹਿਬ ਚਾਹੁੰਦਾ ਇੱਕ ਸਕਿੰਟ ਦਾ ਕੰਮ ਅਨਾਉਂਸ ਹੀ ਕਰਨਾ ਲਓ ਬਈ ਦੇਸ਼ ਕੇ ਕਿਸਾਨ ਆਪ ਹਿੰਦੁਸਤਾਨ ਕੀ ਆਜ਼ਾਦੀ ਕੇ ਬਾਅਦ बुरे समय में किसान देश के साथ था आज किसान की जो मांगे मैंने मंजूर की हैं यह कानून वापस लेता हूं एक बहुत ही मीटिंगों की जरूरत ही है नहीं कर सकता हो धन्यवाद जी गलबात कर ले इन्हें साधु संघ धर्म सोच जो कि सीधे तौर पे कह रहे हैं कि आ, ਜਿਹੜੇ ਕਾਨੂੰਨ ਆ ਰਿਪੀਲ ਕੀਤੇ ਜਾਣੇ ਚਾਹੀਦੇ ਆ ਕਿਸਾਨਾਂ ਦੀ ਜਿਹੜੀ ਮੰਗ ਮੰਨ ਲੈਣੀ ਚਾਹੀਦੀ ਆ ਲਗਾਤਾਰ 4 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋ ਰਹੇ ਨੇ ਜਿੱਥੇ ਜਿੱਥੇ ਇਲੈਕਸ਼ਨ ਚੱਲ ਰਹੇ ਨੇ ਉੱਥੇ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਤੇ ਕਿਤੇ ਨਾ ਕਿਤੇ ਕਿਸਾਨ ਜਰੂਰ ਲਗਾਤਾਰ ਸੰਘਰਸ਼ ਕਰ ਰਹੇ ਨੇ ਲੇਕਿਨ ਇਸ ਸੰਘਰਸ਼ ਨੂੰ ਬਗੂਰ ਪੈਂਦਾ ਜਾਂ ਨਹੀਂ ਪੈਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਦੀਪਕ ਦਿਨਾਲ ਰਵਿੰਦਰ ਸਿੰਘ ਟੈਨਿਕਸ ਵਿਰਾ ਟੀਵੀ ਚੰਡੀ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर राधे शर्मा चमत्कार होंगे अपनी अखा के सामने चौबीस तो तो विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा हो गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 85858838617